राजस्थान गए एक मजदूर परिवार के दो सदस्यों के तालाबंदी के चलते वापस आने के चक्कर में रास्ते में ही लापता हो जाने के कारण उनके परिजन काफी परेशान हो रहे हैं। उनका कहना है कि कोरोना के कारण हुई तालाबंदी से कुछ दिन पहले उनके परिवार के दो सदस्य राजस्थान में मेहनत मजदूरी के लिए गए थे। कुछ दिन पहले वे वहां से घर वापसी के लिए पैदल ही रवाना हो लिए, लेकिन काफी दिन बीत जाने के बाद भी वह अभी तक न तो घर पहुंचे और न ही उन लोगों का कुछ पता चल पाया, जिस कारण उन लोगों के लापता हो जाने की चिंता की वजह से वह लोग काफी परेशान हो रहे हैं। आधे इत्थों गए नू 15 तरीक नू टुरे नू मुंडे 14-15 जने हैगे सी, वह गए नू अपने जैसर मेल तो अगे हैगी रामगढ़ मंडी तो अगर रघवा पिंड है उत्थे मेहनत करन वास्ते गए नू, वो सारे बाकी उत्थे हैं ते साधे दो मुंडे उत्थों टुर पए नू कमले बन के ते लॉकडाउन हो गया 15 नू गए नू ते 3 तरीक नू उत्थों वापस टुर पैंदे ने। उस तो बाद सानू उन्हां दा पता नहीं, फोन नहीं लग्या, नहीं कोई गल हुई उन्हां नाल, ते असी बहुत परेशान हैगे हैं। साडी बेनती ये प्रशासन नू सानू इहदा पता लैके दिता जावे ते बहुत बहुत धन्यवाद है थोड़े। नहीं गलबात कोई नहीं हुई, कोई उस तो बाद भी नहीं हुई। ਇੱਥੋਂ ਦੂਜੇ ਮੁੰਡਿਆਂ ਨੂੰ ਫੋਨ ਕੀਤਾ, ਉਹ ਕਹਿੰਦੇ ਵੀ ਉੱਥੋਂ ਤੁਰ ਗਏ ਨੂੰ, ਸਾਨੂੰ ਪਤਾ ਨਹੀਂ ਵੀ ਕਿਹੜੇ ਪਾਸੇ ਗਏ ਨੂੰ ਕਿਹੜੇ ਪਾਸੇ ਨਹੀਂ ਗਏ, ਅਤੇ ਸਾਡੇ ਕੋਲੋਂ ਇੱਥੋਂ ਨਹਿਰ ਮੱਲੀ ਨੇ ਨਹਿਰੋਂ ਨਹਿਰ ਤੁਰੇ ਜਾਂਦੇ ਨੂੰ, ਅਤੇ ਹਾਲੀ ਨਹੀਂ ਉਹ ਕੋਈ ਸਾਨੂੰ ਉਹਨਾਂ ਦਾ ਫੋਨ ਨਹੀਂ ਆਇਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਾਡੇ ਬੜੇ ਪਰੇਸ਼ਾਨ ਹੋਏ ਬੈਠੇ। ਮੇਰੇ ਮੁੰਡੇ ਦਾ ਨਾਂ ਹੈਗਾ ਗੁਰਪ੍ਰੀਤ, ਮੇਰਾ ਨਾਂ ਹੈ ਹਰਨਾਮ ਸਿੰਘ, ਪਿੰਡ ਵੱਲੇ ਸ਼ਾਹ ਠਾੜ ਦੇ ਰਹਿਣ ਵਾਲੇ ਹੈ, ਗੁਲਾਬਾ ਬੈਣੀ। ਭਰਾ ਹੈਗਾ ਮੇਰਾ ਚਾਚੇ ਦਾ ਮੁੰਡਾ, ਉਹਦਾ ਨਾਂ ਸੁਰਜੀਤ ਸਿੰਘ ਹੈ, ਉਹਦੇ ਪਿਓ ਦਾ ਨਾਂ ਕਸ਼ਮੀਰ ਸਿੰਘ ਹੈ। ਦੋਵੇਂ ਚਾਚਾ ਭਤੀਜਾ ਉੱਥੋਂ ਟੁਰ ਪਏ ਨੂੰ ਕੋਈ ਪਤਾ ਸਾਨੂੰ ਨਹੀਂ ਇਹਨਾਂ ਦਾ ਲੱਗਿਆ, ਹਾਲੀ ਮਰੇ ਨੂੰ ਕਿ ਜਿੰਦੇ ਨੂੰ ਹਾਲੀ ਸਾਨੂੰ ਕੋਈ ਇਹਨਾਂ ਦਾ ਪਤਾ ਨਹੀਂ ਹੈ। ਬਹੁਤ ਬੁਰਾ ਹਾਲ ਹੋਇਆ ਪਿਆ, ਸਾਰੇ ਰੋ ਰੋ ਕੇ ਬੁਰਾ ਹਾਲ ਕੀਤੀ ਜਾਂਦੇ ਨੇ, ਬਾਲੀ ਬੱਚਾ ਸਾਰੇ, ਅਸੀਂ ਆਪ ਬਹੁਤ ਦੁਖੀ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਅਤੇ ਸਰਕਾਰ ਨੂੰ ਬੇਨਤੀ ਕਰਨੇ ਹੈ ਵੀ ਸਾਡੇ ਉਹਨਾਂ ਦੋ ਬੱਚਿਆਂ ਦਾ ਪਤਾ ਲੈ ਕੇ ਸਾਨੂੰ ਫੋਨ ਕਰ ਦੇਣ, ਫੋਨ ਕਰਾਇਆ ਜਾਵੇ ਅਤੇ ਸਰਪੰਚ ਕੋਲ, ਅਤੇ ਇੱਕ ਸਾਨੂੰ ਉਹਨਾਂ ਟੀ ਵੀ 'ਤੇ ਫੋਟੋ ਵਿਖਾਏ ਜਾਵਣ, ਗੱਲ ਸਾਡੀ ਕਰਾਈ ਜਾਵੇ। ਬੜੀ ਅਸੀਂ ਤਾਂ ਬਹੁਤ ਦੁਖੀ ਹੋਏ ਪਏ। ਅਸੀਂ ਬੇਨਤੀ ਕਰਨੇ ਹਾਂ, ਸਾਡਾ ਮੁੰਡਾ ਗਿਆ ਹੈ ਤਰਮਿਆਂ 'ਤੇ ਦਿਹਾੜੀ ਮਜ਼ਦੂਰ ਕਰਨ ਵਾਸਤੇ, 15 ਦਿਨ ਹੋ ਗਏ ਨੇ, ਸਾਨੂੰ ਕੋਈ ਉਹਦਾ ਲਾਭ ਪਤਾ ਨਹੀਂ ਲੱਗ ਰਿਹਾ। ਅਸੀਂ ਬਹੁਤ ਕਰੇ ਨਾ ਰੋਟੀ ਨਾ ਪਾਣੀ, ਅਸੀਂ ਹੱਥ ਬੰਨ ਕੇ ਬੇਨਤੀ ਕਰਨੇ ਹਾਂ ਵੀ ਕਿਸੇ ਤਰ੍ਹਾਂ ਦਾ ਕਿੱਥੇ ਵੀ ਹੋਵੇ ਸਾਨੂੰ ਪਤਾ ਕਰਨਾ ਚਾਹੀਦਾ ਕਰੇ। ਅਸੀਂ ਮਜਬੂਰ ਹੋ ਕੇ ਅਸੀਂ ਬੇਨਤੀ ਕਰਨੇ ਹਾਂ। ਪਹਿਲਾਂ ਗਿਆ ਸੀ ਲੋਕਡਾਊਨ, ਹੁਣ ਤੋਂ ਪਹਿਲਾਂ ਗਿਆ ਸੀ, ਉਦੋਂ ਪਿੱਛੇ ਹੋ ਗਿਆ ਲੋਕਡਾਊਨ, ਉਹ ਆਇਆ ਨਹੀਂ। ਬੱਸਾਂ ਗੱਡੀਆਂ ਬੰਦ ਹੋ ਗਈਆਂ ਸੀ, ਪੈਦਲ ਨਾ ਕੋਈ ਫੋਨ ਨਾ ਕੋਈ ਸਾਡੇ ਮਨ, ਕੋਈ ਕਿਸੇ ਤਰ੍ਹਾਂ ਦਾ ਪਤਾ ਨਹੀਂ ਸਾਨੂੰ। ਜਿਹੜੇ ਉਹਦੇ ਨਾਲ ਉੱਥੇ ਸਾਥੀ ਹੈਗੇ ਨੇ ਵੀ ਉਹਨਾਂ 'ਤੇ ਵੀ ਅਸੀਂ ਫੋਨ ਕਰਕੇ ਪੁੱਛਿਆ ਹੈ, ਕਹਿੰਦੇ ਵੀ ਇੱਥੋਂ ਤੁਰ ਗਏ ਨੇ, ਘਰਾਂ ਨੂੰ ਗਏ ਚਲੇ ਨੇ, ਸਾਨੂੰ ਪਤਾ ਨਹੀਂ ਲੱਗ ਰਿਹਾ ਤਾਂ ਨਾ ਰੋਟੀ ਨਾ ਚਾਹ ਨਾ ਪਾਣੀ। ਅਸੀਂ ਰੋ ਰੋ ਕੇ, ਬਹੁਤ ਮੇਰਾ ਮੁੰਡਾ ਹੈ ਕਦੀ ਮਿਹਨਤ ਕਰਨ ਵਾਸਤੇ ਗਿਆ ਸੀ ਰਾਜਸਥਾਨ, ਪਹਿਲਾਂ ਕਰਦਾ ਰਿਹਾ ਸੀ 2 ਕੁ ਦਿਨ, ਕਹਿੰਦਾ ਮੈਂ ਮੰਮੀ ਅਸੀਂ ਆਉਣੇ ਹਾਂ ਵੀ ਕੰਮ ਕੋਈ ਨਹੀਂ ਹੈਗਾ, ਅਤੇ ਅਸੀਂ ਉਦੋਂ ਤੋਂ ਖੁੱਲ੍ਹੇ ਸੀ ਆਪਣੇ ਸ਼ਹਿਰ। ਆਉਂਦਾ ਸੀ ਵੀ ਮੈਂ ਆਉਣਾ ਕਰੇ, ਮੈਂ ਆਖਿਆ ਵੀ ਨਹੀਂ ਪੁੱਤਰ ਰਹਿਣ ਦੇ, ਸਾਰੇ ਇਕੱਠੇ ਆ ਗਿਆ ਜੀ। ਆਉਂਦਾ ਨਹੀਂ ਮੈਂ ਤਾਂ ਆਉਣਾ, ਆਖੇ ਇਸ ਤਰ੍ਹਾਂ ਮਾੜੇ ਮੋਟੇ ਕੇ ਬੋਲੇ ਬਾਲੇ ਰੋਟੀ ਪਾਣੀ ਪਾ। ਮੈਂ ਕਿਹਾ ਨਹੀਂ ਤੂੰ ਆ ਜਾ ਕਰੇ, ਨਹੀਂ ਅਸੀਂ ਮੈਂ ਆਉਣਾ ਹੀ ਆਉਣਾ। ਫਿਰ ਆਉਂਦਾ ਚਲੋ ਮੈਂ ਰਹਿ ਜਾਣਾ 2 ਦਿਨ ਹੋਰ ਰੁਕ ਜਾਣ, ਫਿਰ ਦੂਜੇ ਦਿਨ ਫੋਨ ਲਾਇਆ ਸੀ, ਆਉਂਦਾ ਹੁਣ ਨਹੀਂ ਮੈਂ ਆਉਂਦਾ ਮੰਮੀ, ਆਖੇ ਮੈਂ ਇੱਥੇ ਰਹਾਂਦਾ। ਆਉਂਦਾ ਮੰਮੀ ਮੈਂ ਘਰੇ ਆ ਜਾਣਾ, ਮੈਂ ਆਖ ਤੁਸੀਂ ਰਹਿਣ ਦੇ, ਬੱਸਾਂ ਗੱਡੀ ਤਾਂ ਚੱਲਦੀਆਂ ਨਹੀਂ ਪਈਆਂ, ਕਿੰਦੇ 'ਤੇ ਆਓ ਦੇ। ਅਸੀਂ ਤਾਂ ਮੰਗ ਹੁਣ ਇਹ ਕਰਨੇ ਹਾਂ ਵੀ ਚਲੋ ਸਹੀ ਸਲਾਮਤ ਘਰੇ ਆ ਜਾਵੇ, ਸਾਨੂੰ ਪਤਾ ਹੀ ਲੱਗ ਜਾਵੇ ਵੀ ਦੱਸ ਆ ਜਾਵੇ, ਇੰਨੀ ਖਬਰ ਹੋ ਜਾਵੇ ਵੀ ਚਲੋ ਇੱਥੇ ਗਾ ਜਿੰਦਾ ਜਾਗਦਾ। ਮੈਂ ਪਿੰਡ ਵੱਲੇ ਸ਼ਾਹ ਠਾੜ ਦਾ ਸਰਪੰਚ ਹਰਮੇਸ਼ ਸਿੰਘ। ਮੇਰੇ ਪਿੰਡ ਦੇ ਵਿੱਚੋਂ 26 ਬੰਦੇ ਰਾਜਸਥਾਨ ਮਿਹਨਤ ਮਜ਼ਦੂਰੀ ਕਰਨ ਵਾਸਤੇ ਗਏ ਸੀ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਲੋਕਡਾਊਨ ਹੋਣ ਕਰਕੇ ਉਹ ਉੱਥੇ ਰੁਕ ਗਏ, ਅਤੇ 2 ਬੰਦੇ ਆ ਰਹੇ ਸੀ, ਉਹਨਾਂ ਨੂੰ ਅੱਜ 14 ਦਿਨ ਹੋ ਗਏ, ਉਹਨਾਂ ਦਾ ਅਜੇ ਨਹੀਂ ਪਤਾ ਲੱਗਾ, ਤਾਂ ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰ ਵੀ ਕਾਫੀ ਪਰੇਸ਼ਾਨ ਨੇ। ਮੇਰੀ ਸਰਕਾਰ ਦੇ ਅੱਗੇ ਅਰਦਾਸ ਬੇਨਤੀ ਹੈ ਕਿ ਜਿਹੜੇ ਬੰਦੇ ਆ ਰਹੇ ਸੀ ਇੱਕ ਤਾਂ ਉਹਨਾਂ ਦਾ ਪਤਾ ਕਰਕੇ ਦੱਸਿਆ ਜਾਵੇ, ਅਤੇ ਜਿਹੜੇ ਬਾਕੀ ਦੇ ਬੰਦੇ ਉੱਥੇ ਫਸੇ ਪਏ ਨੇ ਉਹਨਾਂ ਨੂੰ ਜਾਂ ਤਾਂ ਕਿਸੇ
ਸੁਰੱਖਿਅਤ ਜਗ੍ਹਾ 'ਤੇ ਰੱਖਿਆ ਜਾਵੇ ਅਤੇ ਜਾਂ ਫਿਰ ਉਹਨਾਂ ਨੂੰ ਇੱਥੇ ਪਹੁੰਚਾਇਆ ਜਾਵੇ।